ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਵਾਸੀਆਂ ਨੂੰ। ਚੈਨਲ ਪੰਜਾਬ ਵੈਦਰ ਯਾਨੀ ਕਿ ਪੰਜਾਬ ਦਾ ਮੌਸਮ ਵਿੱਚ ਤੁਹਾਡਾ ਸਭ ਦਾ ਬਹੁਤ ਸਵਾਗਤ ਹੈ ਜੀ। ਅਤੇ ਅੱਜ ਇਸ ਵੀਡੀਓ ਵਿੱਚ ਆਪਾਂ ਮੌਸਮ ਦੀ ਗੱਲ ਕਰਾਂਗੇ 7 ਅਤੇ 8 ਜਨਵਰੀ ਦੀ। ਜਿਵੇਂ ਪਿਛਲੀ ਦਿੱਤੀ ਜਾਣਕਾਰੀ ਅਨੁਸਾਰ 6 ਤਰੀਕ ਨੂੰ ਤਕਰੀਬਨ ਪੰਜਾਬ ਦੇ ਸਾਰੇ ਹੀ ਇਲਾਕਿਆਂ ਵਿੱਚ ਜਿਹੜੀ ਬੱਦਲਬਾਈ ਰਹੀ ਅਤੇ ਨਾਲ ਹਲਕੀ ਤੋਂ ਦਰਮਿਆਨੀ ਬੂੰਦਾਬਾਂਦੀ ਰੂਪ ਵਿੱਚ ਮੀਂਹ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਦੇਖਣ ਨੂੰ ਮਿਲਿਆ ਹੈ। ਅਤੇ ਜਿਹੜੀ ਹੁਣ 7 ਜਨਵਰੀ ਦੀ ਗੱਲ ਕਰੀਏ ਤਾਂ ਜਿਹੜਾ 7 ਜਨਵਰੀ ਨੂੰ ਵੀ ਤਕਰੀਬਨ ਸਵੇਰ ਦੇ ਸਮੇਂ ਜਿਹੜਾ ਪੰਜਾਬ ਦੇ ਤਕਰੀਬਨ 80 ਤੋਂ ਲੈ ਕੇ 85-90% ਇਲਾਕਿਆਂ ਵਿੱਚ ਜਿਹੜੀ ਬੱਦਲਬਾਈ ਬਣੀ ਰਹੇਗੀ। ਹਾਲਾਂਕਿ 7 ਜਨਵਰੀ ਸਵੇਰ ਤਕਰੀਬਨ ਮੀਂਹ ਦੇ ਅਸਾਰ ਨੇ ਜਿਹੜੇ ਥੋੜ੍ਹੇ ਜਿਹੇ ਘੱਟ ਰਹਿਣਗੇ। ਕਈ ਇਲਾਕਿਆਂ ਵਿੱਚ ਜਿਹੜੀ ਹਲਕੀ ਤੋਂ ਦਰਮਿਆਨੀ ਜਿਹੜੀ ਬੂੰਦਾਬਾਂਦੀ ਆ ਉਹ ਦੇਖਣ ਨੂੰ ਮਿਲੇਗੀ, ਜਿਹੜੀ ਕਿ 6 ਤਰੀਕ ਨਾਲੋਂ ਥੋੜ੍ਹੀ ਜਿਹੀ ਘੱਟ ਹੋਵੇਗੀ। ਮਤਲਬ ਘੱਟ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗੀ, ਦੇਖਣ ਨੂੰ ਜ਼ਰੂਰ ਮਿਲੇਗੀ ਥੋੜ੍ਹੇ ਇਲਾਕਿਆਂ ਵਿੱਚ। ਅਤੇ ਇਸ ਤੋਂ ਬਾਅਦ ਜਦੋਂ 7 ਤਰੀਕ ਦੀ ਦੁਪਹਿਰ ਹੁੰਦੇ ਹੁੰਦੇ ਤਕਰੀਬਨ ਜਿਹੜਾ ਮੌਸਮ ਹੈ ਤਕਰੀਬਨ ਇਸੇ ਤਰ੍ਹਾਂ ਬਣਿਆ ਰਹੇਗਾ ਬੱਦਲਵਾਈ ਵਾਲਾ, ਅਤੇ ਦੁਪਹਿਰ ਤੋਂ ਬਾਅਦ ਜਿਹੜੇ ਪੰਜਾਬ ਦੇ ਆਪਣੇ ਪੱਛਮੀ ਇਲਾਕੇ ਹਨ ਜਿਨ੍ਹਾਂ ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਮਲੋਟ ਏਰੀਆ, ਇਸ ਤੋਂ ਇਲਾਵਾ ਆਪਣੇ ਡੱਬ ਵਾਲੀ, ਮਾਨਸਾ ਦਾ ਕੁਝ ਭਾਗ ਜਿਹੜੇ ਪੱਛਮੀ ਇਲਾਕੇ, ਅਤੇ ਮੁਕਤਸਰ ਸਾਹਿਬ ਅਤੇ ਪੱਟੀ ਏਰੀਆ, ਜਿਹੜੇ ਇਲਾਕੇ ਹੋਣਗੇ ਇਹਨਾਂ ਇਲਾਕਿਆਂ ਵਿੱਚ ਜਿਹੜਾ ਮੌਸਮ ਹੈ ਥੋੜ੍ਹਾ ਜਿਹਾ ਤਕਰੀਬਨ 7 ਤਰੀਕ ਦੀ ਰਾਤ ਦੇ ਨੇੜੇ ਆ ਕੇ ਸ਼ਾਮ ਨੂੰ ਸਾਫ਼ ਹੋਣ ਦੀ ਉਮੀਦ ਹੈ। ਭਾਵ ਕਿ ਜਿਹੜਾ ਮੀਂਹ ਦੀਆਂ ਕਾਰਵਾਈਆਂ ਥੋੜ੍ਹੀ ਜਿਹੀਆਂ ਘੱਟ ਸਕਦੀਆਂ ਨੇ, ਬੱਦਲ ਵੀ ਜਿਹੜੇ ਹਟ ਸਕਦੇ ਨੇ, ਅਸਮਾਨ ਜਿਹੜਾ ਸਾਫ਼ ਹੋ ਸਕਦਾ ਹੈ 7 ਤਰੀਕ ਸ਼ਾਮ ਦੇ ਵੇਲੇ। ਪਰ ਜਿਹੜੀ ਹਲਕੀ ਬੱਦਲਬਾਈ ਆ ਉਹ ਦੇਖਣ ਨੂੰ ਜ਼ਰੂਰ ਮਿਲੇਗੀ ਪੰਜਾਬ ਵਿੱਚ। ਪਰ ਇਸ ਦੇ ਨਾਲ ਨਾਲ ਜਿਹੜੇ ਇੱਧਰ ਆਪਣੇ ਉੱਤਰੀ ਅਤੇ ਪੂਰਬੀ ਜ਼ਿਲ੍ਹੇ ਹਨ, ਭਾਵ ਕਿ ਇੱਧਰ ਤੋਂ ਇਹ ਸਾਰੇ ਇਲਾਕੇ, ਇਹਨਾਂ ਵਿੱਚ ਬੱਦਲਬਾਈ ਕਾਇਮ ਰਹੇਗੀ, ਜਿਨ੍ਹਾਂ ਵਿੱਚ ਗੁਰਦਾਸਪੁਰ, ਜਲੰਧਰ, ਅੰਮ੍ਰਿਤਸਰ, ਪਠਾਨਕੋਟ, ਬਟਾਲਾ, ਲੁਧਿਆਣਾ, ਮੋਗਾ, ਜਗਰਾਉਂ, ਅਤੇ ਇਸ ਤੋਂ ਇਲਾਵਾ ਨਕੋਦਰ, ਹੁਸ਼ਿਆਰਪੁਰ, ਕਪੂਰਥਲਾ, ਆਨੰਦਪੁਰ ਸਾਹਿਬ, ਇਸ ਤੋਂ ਨਾਲ ਪਟਿਆਲਾ, ਸਮਾਣਾ, ਪਾਤਣਾ, ਸੰਗਰੂਰ, ਨਾਭਾ, ਜਿਹੜੇ ਸਾਰੇ ਇਲਾਕੇ ਹੋਣਗੇ, ਬਰਨਾਲੇ ਦਾ ਏਰੀਆ, ਚੰਡੀਗੜ੍ਹ, ਮੋਹਾਲੀ, ਰੋਪੜ, ਨੰਗਲ, ਰੂਪਨਗਰ, ਬੱਸੀ ਪਠਾਣਾ, ਫਤਿਹਗੜ੍ਹ ਸਾਹਿਬ, ਸਰਹਿੰਦ, ਮੰਡੀ, ਗੋਬਿੰਦਗੜ੍ਹ, ਮਾਛੀਵਾੜਾ ਸਾਹਿਬ, ਇਹ ਜਿਹੜੇ ਸਾਰੇ ਹੀ ਇਲਾਕੇ ਹੋਣਗੇ ਲੁਧਿਆਣਾ ਜ਼ਿਲ੍ਹੇ ਦੇ ਵਿਭਾਗ, ਇਹਨਾਂ ਵਿੱਚ ਬੱਦਲਬਾਈ ਬਣੀ ਰਹੇਗੀ ਅਤੇ ਜਿਹੜੀ ਕਿ 8 ਤਰੀਕ ਦੀ ਸਵੇਰ ਤੱਕ ਇਸੇ ਤਰ੍ਹਾਂ ਜਾਰੀ ਰਹੇਗੀ। ਅਤੇ 8 ਤਰੀਕ ਨੂੰ ਵੀ ਮੌਸਮ ਆ ਜਿਵੇਂ ਤਕਰੀਬਨ ਇਹਨਾਂ ਇਲਾਕਿਆਂ ਵਿੱਚ ਹੀ ਜ਼ਿਆਦਾ ਜਿਹੜੇ ਆਪਾਂ ਗਿਣੇ ਹਨ, ਇਸ ਤੋਂ ਇਹ ਸਾਰੇ ਇਲਾਕੇ ਇਹਨਾਂ ਵਿੱਚ ਹੀ ਜ਼ਿਆਦਾ ਸਰਗਰਮ ਰਹੇਗਾ 8 ਤਰੀਕ ਨੂੰ। ਅਤੇ 8 ਤਰੀਕ ਨੂੰ ਜਿਹੜੇ ਆਪਣੇ ਮੇਨ ਇਲਾਕੇ ਜਿਨ੍ਹਾਂ ਵਿੱਚ ਚੰਗੀ ਬਰਸਾਤ ਹੋਣ ਦੇ ਸਾਰ ਨੇ, ਉਹਨਾਂ ਵਿੱਚ ਗੁਰਦਾਸਪੁਰ, ਪਠਾਨਕੋਟ, ਅਤੇ ਇਸ ਤੋਂ ਇਲਾਵਾ ਜਲੰਧਰ, ਨਕੋਦਰ, ਕਪੂਰਥਲਾ, ਹੁਸ਼ਿਆਰਪੁਰ, ਲੁਧਿਆਣਾ, ਲੁਧਿਆਣਾ ਜ਼ਿਲ੍ਹੇ ਤਕਰੀਬਨ ਜ਼ਿਆਦਾਤਰ ਭਾਗ, ਇਸ ਤੋਂ ਇਲਾਵਾ ਮਾਛੀਵਾੜਾ ਸਾਹਿਬ, ਰਾਹੋਂ, ਗੜਸ਼ੰਕਰ, ਨਵਾਂਸ਼ਹਿਰ, ਅਤੇ ਇਹਦੇ ਨਾਲ ਆਪਣੇ ਇੱਧਰ ਪਟਿਆਲੇ ਵੱਲ, ਸਮਾਣਾ, ਪਾਤੜਾਂ, ਸੰਗਰੂਰ ਤੱਕ, ਅਤੇ ਮਲੇਰਕੋਟਲਾ, ਇਹ ਤੋਂ ਬਿਨਾਂ ਚੰਡੀਗੜ੍ਹ ਸਾਈਡ ਜਿਹੜੇ ਪਹਾੜੀ ਇਲਾਕਿਆਂ ਨਾਲ ਪੈ ਜਾਂਦੇ ਹਨ, ਰੂਪਨਗਰ, ਬੱਸੀ, ਪਠਾਣਾ, ਮੋਹਾਲੀ, ਇਹ ਇਲਾਕੇ, ਇਹਨਾਂ ਇਲਾਕਿਆਂ ਵਿੱਚ 8 ਤਰੀਕ ਨੂੰ ਵੀ ਚੰਗੀ ਬਰਸਾਤ ਹੋਣ ਦੇ ਆਸਾਰ ਬਣ ਰਹੇ ਨੇ। ਅਤੇ ਇਹਨਾਂ ਇਲਾਕਿਆਂ ਵਿੱਚ ਜਿਹੜਾ ਮੀਂਹ ਆ ਤਕਰੀਬਨ ਹਲਕੇ ਤੋਂ ਲੈ ਕੇ ਜ਼ਿਆਦਾਤਰ ਇਲਾਕਿਆਂ ਵਿੱਚ ਦਰਮਿਆਨੇ ਰੂਪ ਵਿੱਚ ਦੇਖਣ ਨੂੰ ਮਿਲੇਗਾ। ਅਤੇ ਜਿਹੜੇ ਆਪਣੇ ਇੱਧਰ ਪੱਛਮੀ ਇਲਾਕੇ ਹੋਣਗੇ ਇਹਨਾਂ ਇਲਾਕਿਆਂ ਵਿੱਚ ਹੋ ਸਕਦਾ ਹੈ ਕਿ 8 ਤਰੀਕ ਦੁਪਹਿਰ ਦੇ ਨੇੜੇ ਆ ਕੇ 1-2 ਸਥਾਨ 'ਤੇ ਜਿਹੜੀ ਆਪਾਂ ਨੂੰ ਹਲਕੀ ਫੁਲਕੀ ਜਿਹੜੇ ਸੂਰਜ ਦੇ ਦਰਸ਼ਨ ਹੋ ਸਕਦੇ ਨੇ, ਭਾਵ ਕਿ ਹਲਕੀ ਬੱਦਲਬਾਈ ਨਾਲ ਜਿਹੜਾ ਅਸਮਾਨ ਆ ਥੋੜ੍ਹਾ ਜਿਹਾ ਸਾਫ਼ ਹੋ ਸਕਦਾ ਹੈ। ਪਰ ਬੱਦਲਬਾਈ ਜਿਹੜੀ ਹਲਕੀ ਫੁਲਕੀ ਨਾਲ ਰਹਿਣ ਦੇ ਜ਼ਿਆਦਾਤਰ ਇਹੀ ਆਸਾਰ ਨੇ ਵੀ ਬੱਦਲਬਾਈ ਹਲਕੇ ਰੂਪ ਵਿੱਚ ਬਣੀ ਰਹੇਗੀ। ਅਤੇ ਜੇ ਪੂਰੀ ਤਰ੍ਹਾਂ ਮੌਸਮ ਦੀ ਸਾਫ਼ ਦੀ ਗੱਲ ਕਰੀਏ ਤਕਰੀਬਨ 9 ਤਰੀਕ ਤੋਂ ਜਿਹੜਾ ਮੌਸਮ ਹੈ ਤਕਰੀਬਨ ਥੋੜ੍ਹਾ ਜਿਹਾ ਸਾਫ਼ ਹੋਣਾ ਆਰੰਭ ਹੋਵੇਗਾ।